ਹੁਣ ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਵੀਰ ਸਿੰਘ ਜੀ ਰਾਜੇਵਾਲ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਸੂਬਾ ਪ੍ਰਧਾਨ ਪੰਜਾਬ ਉਹ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨਗੇ ਸਰਦਾਰ ਬਲਵੀਰ ਸਿੰਘ ਜੀ ਰਾਜੇਵਾਲ ਬੋਲੇ ਸੋਨਹਾਲ ਦੇਸ ਪਰਦੇ ਕਿਸਾਨੋ ਇੱਕ ਹੋ ਜਾਓ ਦੇਸ਼ ਭਰ ਦੇ ਕਿਸਾਨੋ ਇਕਜੋ ਆਓ ਜੀ ਰਾਜੇਵਾਲ ਸਾਹਿਬ ਬਹੁਤੀ ਤਤਕਾਰਯੋਗ ਸਟੇਜ ਉੱਤੇ ਬੈਠੇ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਮੇਰੇ ਸਾਹਮਣੇ ਬੈਠੇ ਭੈਣੋ ਭਰਾਵੋ ਬੱਚਿਓ ਬੱਚਿਓ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਤੁਹਾਡੇ ਸਨਮੁਖ ਹੋਏ ਆਂ ਸਾਰੇ ਆਪੋ ਆਪਣੀ ਗੱਲ ਤੁਹਾਡੇ ਸਾਹਮਣੇ ਰੱਖ ਕੇ ਜਾ ਰਹੇ ਨਿਬਾਰੋ ਵਾਰੀ ਸਰਕਾਰ ਨਾਲ ਸੰਘਰਸ਼ ਲੰਮਾ ਹੁੰਦਾ ਜਾ ਰਿਹਾ ਹੈ ਲੰਬੇ ਸਮੇਂ ਤੋਂ ਤੁਸੀਂ ਤਪੱਸਿਆ ਕਰ ਰਹੇ ਹੋ ਅੱਜ ਇਹ ਸੰਘਰਸ਼ ਇਹਦੀਆਂ ਕੋਈ ਹੱਦਾਂ ਬੰਨੇ ਨਹੀਂ ਰਹੇ ਇਹ ਸੰਸਾਰ ਵਿਆਪੀ ਹੋ ਗਿਆ ਹੈ ਇਹ ਜਲ ਜਨ ਅੰਦੋਲਨ ਬਣ ਗਿਆ ਹੈ ਇਸ ਸੰਘਰਸ਼ ਵਿੱਚ ਇਸ ਦੇਸ਼ ਦੇ ਹਰ ਰਾਜ ਵਿੱਚ ਬੈਠਾ ਹਰ ਦੁਕਾਨਦਾਰ ਵਪਾਰੀ کارਖਾਨੇਦਾਰ ਕਿਸਾਨ ਮਜ਼ਦੂਰ ਮੁਲਾਜ਼ਮ ਹਰ ਕੋਈ ਇਹਦਾ ਭਾਗੀਦਾਰ ਬਣ ਗਿਆ ਹੈ ਅੱਜ ਸਾਰੇ ਦੇਸ਼ ਵਿੱਚ ਐਸੇ ਤਰ੍ਹਾਂ ਵੱਡੇ ਵੱਡੇ ਇਕੱਠ ਹੋ ਰਹੇ ਨੇ ਔਰ ਸਰਕਾਰ ਜਿੰਨੇ ਨੀਵੇਂ ਪੱਧਰ ਤੱਕ ਜਾ ਸਕਦੀ ਸੀ ਉਹਨੇ ਨੀਵੇਂ ਪੱਧਰ ਤੱਕ ਆਏ ਦਿਨ ਜਾ ਰਹੀ ਹੈ ਕੱਲ ਦੀ ਮੀਟਿੰਗ ਬਾਰੇ ਮੇਰੇ ਸਾਥੀਆਂ ਨੇ ਤੁਹਾਨੂੰ ਕਈ ਕੁਝ ਦੱਸਿਆ ਹੋਣਾ ਪਰ ਮੈਂ ਇਹਨੂੰ ਹੋਰ ਤਰ੍ਹਾਂ ਲੈਣਾ ਮੈਂ ਸਮਝਦਾ ਵੀ ਸਰਕਾਰ ਹਾਰ ਚੁੱਕੀ ਹੈ ਉਹ ਸਾਡਾ ਮਨੋਬਲ ਡੇਗਣ ਲਈ ਇੱਕ ਸਟੇਜ ਆ ਜਾਂਦੀ ਹੈ ਜਦੋਂ ਸ਼ੌਕ ਦਿੰਦੇ ਹੁੰਦੇ ਨੇ ਆਪਣੇ ਵਿਰੋਧੀ ਨੂੰ ਕੱਲ ਇੱਕ ਤਰ੍ਹਾਂ ਉਹਨਾਂ ਨੇ ਸਾਨੂੰ ਸ਼ੌਕ ਦੇਣ ਦੀ ਕੋਸ਼ਿਸ਼ ਕੀਤੀ ਪਰ ਜਿਹੜਾ ਸਾਡਾ ਝਟਕਾ ਸੀ ਉਹ ਬਰਦਾਸ਼ਤ ਨਹੀਂ ਕਰ ਸਕੇ ਉੱਠ ਕੇ ਆਪੋ ਆਪਣੇ ਕਮਰਿਆਂ 'ਚ ਚਲੇ ਗਏ ਸਰਕਾਰ ਨੇ ਕੱਲ ਕਿਹਾ ਪਹਿਲੀ ਵਾਰੀ ਵੈਸੀ ਇਹ ਕਾਨੂੰਨ ਰਿਪੀਲ ਨਹੀਂ ਕਰਨੇ ਮੈਨੂੰ ਲੱਗਦਾ ਹੈ ਇਹ ਰਿਪੀਲ ਸ਼ਬਦ ਨਹੀਂ ਉਹਨਾਂ ਦੀ نیند حرام ਕੀਤੀ ਹੋਈ ਹੈ ਤੁਸੀਂ ਜਿਹੜੇ ਇੱਥੇ ਬੈਠੇ ਹੋ ਇਹ ਆ ਜਿਹੜੇ ਇੱਧਰ ਨੂੰ ਰੋਜ਼ ਤੁਰੇ ਆਉਂਦੇ ਆ ਸਾਡੇ ਭਰਾ ਪੈਣਾ ਉਹਨਾਂ ਨੇ ਮੋਦੀ ਸਰਕਾਰ ਦੀ ਨੀਂਦ ਹਰਾਮ ਕੀਤੀ ਹੋਈ ਹੈ ਸਾਰੇ ਦੇਸ਼ ਵਿੱਚ ਉਥਲ ਪੁਥਲ ਹੋਈ ਹੈ ਜਿਹੜੇ ਕਹਿੰਦੇ ਸੀ ਇਹ ਅੰਦੋਲਨ ਸਿਰ ਪੰਜਾਬ ਦਾ ਹੈ ਹੌਲੀ ਹੌਲੀ ਕਹਿਣ ਲੱਗੇ ਤੇ ਪੰਜਾਬ ਤੇ ਹਰਿਆਣਾ ਦਾ ਹੁਣ ਜਦੋਂ ਉੱਤਰਾਖੰਡ ਵਾਲੇ ਬਾਪੂ ਵੀ ਆ ਕੇ ਬਹਿ ਗਏ ਯੂਪੀ ਵਾਲੇ ਵੀ ਆ ਕੇ ਬਹਿ ਗਏ ਰਾਜਸਥਾਨ ਵਾਲੇ ਮਹਾਰਾਸ਼ਟਰ ਵਾਲੇ ਵੀ ਆ ਕੇ ਬਹਿ ਗਏ ਮਧ ਪ੍ਰਦੇਸ਼ ਵਾਲੇ ਵੀ ਆ ਕੇ ਬਹਿ ਗਏ ਹੁਣ ਜਦੋਂ ਰਿਪੋਰਟ ਆਉਣ ਲੱਗ ਪਈਓ ਵੀ ਇਹ ਤਾਂ ਪੈਦਲ ਤੁਰ ਕੇ ਆਉਣ ਲੱਗ ਪਏ ਉਹਨਾਂ ਨੂੰ ਨੀਂਦ ਭਲਾ ਕਿਵੇਂ ਆਵੇ ਉਹਨਾਂ ਨੇ ਸੋਚਿਆ ਇੱਕ ਝਟਕਾ ਦੇ ਦੇ ਕੇ ਦੇਖੀਏ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਰਿਪੀਲ ਨਹੀਂ ਕਰ ਸਕਦੇ ਮੇਰਾ ਜਵਾਬ ਸੀ ਸਾਰਿਆਂ ਵੱਲੋਂ 70 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਨੇ 700 ਦਾ ਖੂਨ ਪੀਣਾ ਚਾਹੁੰਦੇ ਹੋ ਕਿੰਨੇ ਲੋਕਾਂ ਦੀ ਬਲੀ ਲੈਣਾ ਚਾਹੁੰਦੇ ਹੋ ਅਸੀਂ ਤਿਆਰ ਆ ਪਰ ਅੰਦੋਲਨ ਖਤਮ ਨਹੀਂ ਹੋਏਗਾ ਕਾਨੂੰਨ ਰਿਪੀਲ ਹੋਣਗੇ ਪਰ ਰਿਪੀਲ ਕੀਤੇ ਬਿਨਾ ਇਹ ਅੰਦੋਲਨ ਸਮਾਪਤ ਕਿਸੇ ਕੀਮਤ ਤੇ ਨਹੀਂ ਹੋਏਗਾ ਉਸ ਤੋਂ ਬਾਅਦ ਅਸੀਂ ਚੁੱਪ ਕਰਕੇ ਬੈਠ ਗਏ ਅਸੀਂ ਤੈਅ ਕਰ ਲਿਆ ਵੀ ਬੋਲਣਾ ਹੀ ਨਹੀਂ ਬੋਲੀ ਜਾਣ ਦਿਓ ਇਹਨਾਂ ਨੂੰ ਉਹ 5 ਮਿੰਟ ਨਹੀਂ ਰੁਕ ਸਕੇ ਉੱਠ ਕੇ ਚਲੇ ਗਏ ਮੈਨੂੰ ਪਤਾ ਸੀ ਵੀ ਆ ਕੇ ਇਹ ਨਵੀਂ ਤਰੀਕ ਦੇਣਗੇ ਉਹੀ ਹੋਇਆ ਨਵੀਂ ਤਰੀਕ ਤੈਅ ਕਰਤੀ ਅਰੇ ਉਹਨਾਂ ਦਾ ਕੰਮ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਆ ਜਰੂਰ ਮੈਂ ਹਰ ਵਾਰੀ ਕਹਿ ਕੇ ਜਾਂਦਾ ਕੁਝ ਨਾ ਕੁਝ ਮੈਨੂੰ ਇਸ ਗੱਲ ਦਾ ਫਖਰ ਵੀ ਹੈ ਜੇ ਜਦੋਂ ਮੈਂ ਇਸ ਸਟੇਜ ਤੋਂ ਕੁਝ ਕਹਿ ਕੇ ਜਾਣਾ ਤੁਹਾਨੂੰ ਅਪੀਲ ਕਰਕੇ ਜਾਣਾ ਮੈਂ ਇਥੋਂ ਵਾਪਸੀ ਵੇਲੇ ਉਹਦੇ ਤੇ ਅਮਲ ਹੁੰਦਾ ਆਪਣੇ ਅੱਖੀਂ ਦੇਖਦਾ ਇਸ ਕੱਲੋਂ ਮੈਂ ਬਹੁਤ ਤੁਹਾਡਾ ਧੰਨਵਾਦੀਆਂ ਖਾਸ ਤੌਰ ਤੇ ਸਾਡੇ ਨੌਜਵਾਨ ਬੱਚਿਆਂ ਦਾ ਬਹੁਤ ਧੰਨਵਾਦੀਆਂ ਇਸ ਵੇਲੇ ਜਿਹੜੀ ਸਥਿਤੀ ਬਣੀ ਹੋਈ ਹੈ ਇਹ ਅੰਦੋਲਨ ਸਾਰੀ ਦੁਨੀਆ ਦੇ ਪੱਧਰ ਤੇ ਇਹਦੀ ਚਰਚਾ ਹੈ ਸਾਰੀ ਦੁਨੀਆ ਅੱਖਾਂ ਲਾ ਕੇ ਦੇਖ ਰਹੀ ਹੈ ਐਵੇਂ ਤਾਂ ਨਹੀਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਇੱਥੇ ਆਉਣ ਤੋਂ ਇਨਕਾਰ ਕੀਤਾ ਰਾਤੀ ਮੈਨੂੰ ਟੈਲੀਫੋਨ ਆਇਆ ਇੰਗਲੈਂਡ ਦੇ ਇੱਕ ਮੈਂਬਰ ਪਾਰਲੀਮੈਂਟ ਦਾ ਉਹਨੇ ਦੱਸਿਆ ਵੀ ਕਿਵੇਂ ਦੌਰਾ ਕੈਂਸਲ ਹੋਇਆ ਉਹਨੇ ਦੱਸਿਆ ਵੀ ਅਸੀਂ ਕਿਵੇਂ ਇਕੱਠੇ ਹੋ ਕੇ ਐਮਪੀ ਗਏ ਪਹਿਲਾਂ ਮੋਦੀ ਦੀ ਕਾਰਗੁਜ਼ਾਰੀ ਦੱਸੀ ਕੁਝ ਪੰਜਾਬੀਆਂ ਨੇ ਮੋਦੀ ਚੀਜ਼ ਕੀ ਹੈ ਫਿਰ ਉਹਨੂੰ ਦੱਸਿਆ ਵੀ ਆਂ ਅੰਦੋਲਨ ਕੀ ਹੈ ਇਹਦਾ ਮਤਲਬ ਸਾਰੀ ਦੁਨੀਆ ਤੁਹਾਡੇ ਅੰਦੋਲਨ ਤੇ ਕੋਖਵੀਂ ਅੱਖ ਰੱਖੀ ਬੈਠੀ ਹੈ ਉਹਨਾਂ ਨੇ ਆਪਣੇ ਪ੍ਰਧਾਨ ਮੰਤਰੀ ਨੂੰ ਸਮਝਾਇਆ ਤੇ ਉਹਨੇ ਦੌਰਾ ਕੈਨਸਲ ਕਰ ਦਿੱਤਾ ਇਹ ਕੋਈ ਛੋਟੀ ਗੱਲ ਨਹੀਂ ਮੈਂ ਪਿਛਲੀ ਵਾਰੀ ਤੁਹਾਨੂੰ ਕੋਈ 15-20 ਦਿਨ ਪਹਿਲਾਂ ਅਮਰੀਕਾ ਦੇ ਇੱਕ ਸਾਬਕਾ ਰਾਸ਼ਟਰਪਤੀ ਜਿਮੀ ਕਾਰਟਰ ਦਾ ਉਹਨੇ ਈਮੇਲ ਕਰਕੇ ਮੈਸੇਜ ਦਿੱਤਾ ਸੀ ਉਹ ਤੁਹਾਨੂੰ ਪੜ੍ਹ ਕੇ ਸੁਣਾਇਆ ਸੀ ਅਮਰੀਕਾ ਦੇ ਕੁਝ ਐਮਪੀਜ਼ ਨੇ ਉਹਨਾਂ ਨੂੰ ਪਤਾ ਹੈ ਵੀ ਟਰੰਪ ਦੀ ਮੋਦੀ ਨਾਲ ਯਾਰੀ ਹੈ ਉਹਨਾਂ ਨੇ ਜਾ ਕੇ ਆਪਣੇ ਵਿਦੇਸ਼ ਮੰਤਰੀ ਨੂੰ ਕਿਹਾ ਵੀ ਤੂੰ ਆਪਣੇ ਹਮ ਰਤਬਾ ਹਿੰਦੁਸਤਾਨ ਦੇ ਵਿਦੇਸ਼ ਮੰਤਰੀ ਨੂੰ ਕਹਿ ਅਮਰੀਕਾ 'ਚ ਬਸਦੇ ਹਿੰਦੁਸਤਾਨੀ ਨਹੀਂ ਬਾਕੀ ਕਿਸਾਨ ਵੀ ਚਿੰਤਤ ਨੇ ਕਿਸਾਨਾਂ ਤੇ ਜ਼ੁਲਮ ਕਰਨਾ ਬੰਦ ਕਰੋ ਅੱਜ ਸਵੇਰੇ ਮੇਰੀ ਆਸਟ੍ਰੇਲੀਆ ਦੇ ਲੋਕਾਂ ਨਾਲ ਗੱਲ ਇੱਕ ਵੈਬਿਨਾਰ ਤੇ ਲੰਬੀ ਗੱਲਬਾਤ ਹੋਈ ਹੈ ਅਮਰੀਕਾ ਆਸਟ੍ਰੇਲੀਆ ਦੀ ਪਾਰਲੀਮੈਂਟ ਵਿੱਚ ਤੁਹਾਡੇ ਕਾਨੂੰਨਾਂ ਤੇ ਬਹਿਸ ਹੋ ਚੁੱਕੀ ਨਿਊਜ਼ੀਲੈਂਡ ਦੀ ਪਾਰਲੀਮੈਂਟ ਵਿੱਚ ਤੁਹਾਡੇ ਕਾਨੂੰਨਾਂ ਤੇ ਬਹਿਸ ਹੋ ਚੁੱਕੀ ਦੁਨੀਆ ਭਰ ਵਿੱਚ ਤੁਹਾਡੇ ਇਹਨਾਂ ਕਾਨੂੰਨਾਂ ਤੇ ਬਹਿਸ ਹੋ ਰਹੀ ਹੈ ਤੇ ਮੋਦੀ ਸਰਕਾਰ ਹਾਲੇ ਇਹਨੂੰ ਉਹ ਸਮਝਦੀ ਹੈ ਕਿ ਪਤਾ ਨਹੀਂ ਸਾਨੂੰ ਕੋਈ ਰਾਹ ਲੱਭਿਆ ਨਹੀਂ ਲੱਭਣਾ ਰਸਤਾ ਕਿਸੇ ਕੀਮਤ ਤੇ ਨਹੀਂ ਲੱਭਣਾ ਜੇ ਰਸਤਾ ਹੀ ਕੋਈ ਇੱਕ ਰਸਤਾ ਹੈ ਕਿ ਜਿਹੜੀ ਗਲਤੀ ਕੀਤੀ ਹੈ ਉਨੂੰ ਸੁਧਾਰ ਲੈਣ ਮੈਂ ਇੱਕ ਗੱਲ ਰਿਪੀਟ ਕਰਦਾ ਜਿੱਦਣ ਮੋਦੀ ਦੇ ਚਹੇਤੇ ਅਮਿਤ ਸ਼ਾਹ ਨਾਲ ਸਾਡੀ ਮੀਟਿੰਗ ਹੋਈ ਉਹ ਸਾਨੂੰ ਕਹਿੰਦਾ ਕੋਈ ਰਾਜੇਵਾਲ ਜੀ ਅਸੀਂ ਨੇ ਤਾਂ ਬਹੁਤ ਸੇ ਕਾਨੂੰਨ ਬਣਾਏ ਹੈ ਅਗਰ ਆਜ ਇਹ ਕਾਨੂੰਨ ਰਿਪੀਲ ਕਰ ਦिए ਤਾਂ ਕੱਲ ਕੋ ਮਜ਼ਦੂਰ ਆ ਕੇ ਬੈਠ ਜਾਣਗੇ ਤੇ ਮੇਰਾ ਜਵਾਬ ਪਤਾ ਕੀ ਸੀ ਵੀ ਜੇ ਇੰਨੇ ਪਾਪ ਕੀਤੇ ਆ ਗੰਗਾ ਨਹਾ ਲਓ ਚੰਗੇ ਰਹੋਗੇ ਜੇ ਤੁਸੀਂ ਅੰਬਾਨੀਆਂ ਅਡਾਨੀਆਂ ਦੇ ਕੋਲ ਸਾਰੇ ਦੇਸ਼ ਨੂੰ ਕਹਨੇ ਕਰ ਦੇਣਾ ਤਾਂ ਕਿਸਾਨ ਆ ਕੇ ਬੈਠਣਗੇ ਮਜ਼ਦੂਰ ਆ ਕੇ ਬੈਠਣਗੇ ਇਸ ਦੇਸ਼ ਦਾ ਹਰ ਰੋਜ਼ ਉਹ ਵਾਸੀ ਜਿਹੜਾ ਰੋਜ਼ ਕਮਾਈ ਕਰਕੇ ਆਪਣੇ ਬੱਚਿਆਂ ਦਾ ਢਿੱਡ ਭਰਦਾ ਉਹ ਤਰਨਿਆਂ ਤੇ ਬੈਠੇਗਾ ਇਹ ਉਹਨਾਂ ਦਾ ਡੈਮੋਕਰੈਟਿਕ ਰਾਈਟ ਹੈ ਇਹ ਉਹਨਾਂ ਦਾ ਸੰਵਿਧਾਨਿਕ ਹੱਕ ਹੈ ਤੁਸੀਂ ਸੰਵਿਧਾਨ ਦੀ ਸੌ ਖਾ ਕੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ ਇਸ ਕਰਕੇ ਤੁਹਾਡੇ ਲਈ ਕੋਈ ਰਸਤਾ ਨਹੀਂ ਇੱਕੋ ਹੀ ਇੱਕ ਰਸਤਾ ਹੈ ਜੀ ਜਿੰਨਾ ਛੇਦੀ ਇਹ ਕਾਨੂੰਨ ਵਾਪਸ ਲੈ ਲੋਗੇ ਉਨੇ ਚੰਗੇ ਰਹੋਗੇ ਬਹੁਤ ਕੁਝ ਤੁਹਾਨੂੰ ਮੇਰੇ ਸਾਥੀਆਂ ਨੇ ਕਿਹਾ ਬਾਕੀ ਵੀ ਕਹਿਣਗੇ ਮੈਂ ਹੁਣ ਦੋ ਗੱਲਾਂ ਤੁਹਾਡੇ ਨਾਲ ਇਸ ਅੰਦੋਲਨ ਨੂੰ ਜੀਤੇ ਰੱਖਣ ਦੀਆਂ ਕਰਨੀਆਂ ਹੈ ਐਸ ਵੇਲੇ ਸਾਰੀ ਦੁਨੀਆ ਚ ਤਹਿਲਕਾ ਮਚਿਆ ਹੋਇਆ ਹੈ ਬਹੁਤ ਸਾਰੀਆਂ ਫੋਰਸਿਸ ਜਿਹੜੀਆਂ ਇਸ ਵਿਦੇਸ਼ਾਂ ਵਿੱਚ ਵੀ ਬੈਠੀਆਂ ਇਸ ਅੰਦੋਲਨ ਨੂੰ ਜਿਹੜਾ ਜਿਨ੍ਹਾਂ ਨੂੰ ਇਹਦੇ ਵਿੱਚੋਂ ਆਪਣੀਆਂ ਰੋਟੀਆਂ ਸੇਕਣ ਦਾ ਫਿਕਰ ਪਿਆ ਉਹ ਇੱਥੇ ਪਹੁੰਚ ਗਈਆਂ ਨੇ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਪੂਣੀ ਨਹੀਂ ਕੱਤੀ ਤੜਕਾਂ ਤੇ ਤੁਸੀਂ ਸੁੱਤੇ ਟਰਾਲੀਆਂ 'ਚ ਤੁਸੀਂ ਸੁੱਤੇ ਉਹ ਕਹਿੰਦੇ ਮੈਂ ਆਪਣੀਆਂ ਰੋਟੀਆਂ ਤੋਂ ਲਾ ਲਾ ਉਹ ਇੱਥੇ ਆ ਕੇ ਕਦੇ ਸਾਡੀ ਲੀਡਰਸ਼ਿਪ ਨੂੰ ਧਮਕੀਆਂ ਦਿੰਦੇ ਨੇ ਕਦੇ ਕਿਸੇ ਨੂੰ ਡਰਾਉਂਦੇ ਨੇ ਕਦੇ ਕੁਝ ਕਰਦੇ ਨੇ ਪਛੋਕੜ ਤੁਸੀਂ ਸਾਰੇ ਜਾਣਦੇ ਹੀ ਹੋ ਸ਼ਹਿਦ ਇਹ ਸੇ ਕਰਕੇ ਤੁਹਾਡੇ ਤੇ ਕੋਈ ਅਸਰ ਨਹੀਂ ਹੋਇਆ ਉਹ ਹਰ ਵਾਰੀ ਧਮਕੀਆਂ ਧਮਕੀਆਂ ਜਿਹਾ ਦੇ ਕੇ ਚੁੱਪ ਕਰਕੇ ਠੰਢੇ ਜੋ ਕੇ ਬਹਿ ਜਾਂਦੇ ਨੇ ਪਰ ਅੱਜ ਸਮਾਂ ਇਹੋ ਜਿਹਾ ਆ ਗਿਆ ਜਦੋਂ ਅੰਦੋਲਨ ਬਹੁਤ ਪੀਕ ਤੇ ਚਲਾ ਗਿਆ ਕੱਲੇ-ਕੱਲੇ ਦੀ ਪਛਾਣ ਕਰਨਾ ਸਿੱਖੋ ਤੁਹਾਡਾ ਵਿਰੋਧੀ ਕੌਣ ਹੈ ਤੁਹਾਡਾ ਹਮਾਇਤੀ ਕੌਣ ਹੈ ਸਰਕਾਰ ਦੀਆਂ ਏਜੰਸੀਆਂ ਨੇ ਬੰਦੇ ਛੱਡੇ ਨੇ ਤੁਸੀਂ ਰੋਜ਼ ਬੰਦੇ ਫੜਦੇ ਹੋ ਕਦੇ ਆਰਐਸਐਸ ਵਾਲਾ ਤੁਸੀਂ ਫੜਿਆ ਅਮਰਤਾਰੀ ਸਿੰਘ ਬਣਿਆ ਹੋਇਆ ਜੇਬ 'ਚ ਸ਼ਰਾਬ ਦੀ ਵੀ ਬੋਤਲ ਹੈ ਤੇ ਜਦੋਂ ਸਿਰ ਤੋਂ ਪਗੜੀ ਲਾਹੀ ਕੋ ਨਾ ਮੋਨਾ ਪਤਾ ਲੱਗ ਗਿਆ ਜਦੋਂ ਫੜਿਆ ਪੁੱਛਿਆ ਉਹਨੇ ਮੰਨਿਆ ਵੀ ਮੈਂ ਆਰਐਸਐਸ ਤੋਂ ਆ ਮੇਰੀ ਡਿਊਟੀ ਲੱਗੀ ਹੈ ਤੁਸੀਂ ਇਹੋ ਜਿਹੇ ਬੰਦੇ ਫੜੇ ਜਿਹੜੇ ਸਾਡੇ ਬੰਦਿਆਂ ਨੂੰ ਗੁੰਮਰਾਹ ਕਰਨ ਲਈ ਕਦੇ ਕਹਿੰਦੇ ਸੀ ਸ਼ਰਾਬ ਸ਼ਰੂ ਚਾਹੀਦੀ ਹੈ ਲੈ ਕੇ ਦੇ ਦਿੰਨੇ ਆ ਕਦੇ ਕਹਿੰਦੇ ਸੀ ਤੁਹਾਨੂੰ ਕੋਈ ਹੋਰ ਕੁਝ ਚਾਹੀਦਾ ਉਹ ਦੇ ਦਿੰਨੇ ਆ ਅਸੀਂ ਗੋਲੀ ਵੀ ਚਲਾ ਸਕਦੇ ਆ ਅਸੀਂ ਬੰਬ ਬਲਾਸਟ ਵੀ ਕਰਾ ਸਕਦੇ ਆ ਤੁਸੀਂ ਫੜ ਕੇ ਪੁਲਿਸ ਵਾਲਿਆਂ ਨੂੰ ਦਿੱਤੇ ਤੁਸੀਂ ਫੜ ਕੇ ਪੁਲਿਸ ਵਾਲਿਆਂ ਨੂੰ ਦਿੱਤੇ ਇਹਦਾ ਮਤਲਬ ਕੀ ਹੈ ਹਰ ਰੋਜ਼ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਇਹਦਾ ਮਤਲਬ ਕੀ ਹੈ ਸਰਕਾਰ ਲੋਇਸ ਟ੍ਰੈਵਲ ਤੇ ਚਲੀ ਗਈ ਬਹੁਤ ਨੀਵੇਂ ਪੱਧਰ ਤੇ ਚਲੀ ਗਈ ਸਰਕਾਰ ਉਹ ਚਾਹੁੰਦੀ ਹੈ ਦੇਖੀਏ ਕਿਸੇ ਤਰ੍ਹਾਂ ਇਹ ਅੰਦੋਲਨ ਇਹਨੂੰ ਪਟਕਾਇਆ ਜਾ ਸਕਦਾ ਹੈ ਬਹੁਤ ਸਾਰੇ ਸੱਜਣ ਨੇ ਜਦੋਂ ਅਸੀਂ ਕੋਈ ਪ੍ਰੋਗਰਾਮ ਦਿੰਨੇ ਆ ਉਹਦੇ ਵਿੱਚੋਂ ਆਪਣੀਆਂ ਰੋਟੀਆਂ ਸੇਕਣ ਲਈ ਸਰਗਰਮ ਹੋ ਜਾਂਦੇ ਨੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਜ਼ਿੰਮੇਵਾਰੀ ਤੁਸੀਂ ਹੈ ਨਾ ਬੱਤੀਆਂ ਤੇ ਭਾਈ ਨਾ ਆ ਜਿਹੜੇ ਬੈਠੇ ਨੇ ਮੈਨੂੰ ਪਤਾ ਹੈ ਇਹਨਾਂ ਨੂੰ ਕਿੰਨੀ ਕਿ ਸੌਖੀ ਨੀਂਦ ਸੌਂਦੇ ਨੇ ਤੁਹਾਡਾ ਤੁਹਾਡਾ ਜਿਹੜਾ ਇਹ ਇਹਨਾਂ ਦੇ ਸਿਰ ਅਹਸਾਨ ਹੈ ਨਾ ਤੁਸੀਂ ਬੈਠੇ ਹੋ ਇਕੱਠੇ ਹੋ ਕੇ ਇੱਥੇ ਆ ਕੇ ਇਹਨਾਂ ਦੇ ਆਖੇ ਲੱਗ ਕੇ ਐਡੇ ਸੌਖੇ ਇਹ ਵੀ ਨਹੀਂ ਸੌਂਦੇ ਇਹਨਾਂ ਨੂੰ ਅਹਸਾਸ ਹੈ ਕਿ ਸਾਡੇ ਸੱਦੇ ਤੇ ਐਡੀ ਵੱਡੀ ਗਿਲਤੀ ਚ ਲੋਕ ਆਏ ਨੇ ਸਾਡੇ ਸੱਦੇ ਤੇ ਇਹ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਬਣਿਆ ਹੈ ਦੁਨੀਆ ਦਾ ਸਭ ਤੋਂ ਪੀਸਫੁਲ ਅੰਦੋਲਨ ਬਣਿਆ ਹੈ ਦੁਨੀਆ ਚ ਸਭ ਤੋਂ ਵੱਧ ਪਾਰਟਿਸਪੇਸ਼ਨ ਵਾਲਾ ਅੰਦੋਲਨ ਬਣਿਆ ਹੈ ਸਾਡੀ ਵੀ ਕੋਈ ਜ਼ਿੰਮੇਵਾਰੀ ਹੈ ਮੈਂ ਬਾਰ ਬਾਰ ਕਿਹਾ ਕੋਈ ਵੀ ਇੱਕ ਵੀ ਜੀਏ ਨਾ ਵਿੱਚੋਂ ਇੱਧਰ ਉੱਧਰ ਨਹੀਂ ਜਾ ਸਕਦਾ ਸਾਰੇ ਦੇ ਸਾਰੇ ਮਰ ਜਾਣਗੇ ਕਾਨੂੰਨ ਰਿਪੀਲ ਕਰਾ ਕੇ ਹਟਣਗੇ ਤੇ ਫਿਰ ਜਿਹੜੇ ਲੋਕ ਇੱਥੇ ਤੁਹਾਨੂੰ ਭੜਕਾਉਂਦੇ ਫਿਰਦੇ ਨੇ ਉਹਨਾਂ ਦਾ ਵੀ ਪ੍ਰੈਸ਼ਰ ਇਹਨਾਂ ਦੇ ਦਿਮਾਗ ਤੇ ਪਾਈ ਰੱਖੋਗੇ ਤੁਹਾਡੀ ਵੀ ਕੋਈ ਜ਼ਿੰਮੇਵਾਰੀ ਹੈ ਤੁਸੀਂ ਆਪਾਂ ਸਾਰੇ ਸਿਪਾਹੀਆਂ ਇਸ ਅੰਦੋਲਨ ਦੇ ਤੁਸੀਂ ਇਸ ਅੰਦੋਲਨ ਦੇ ਯੋਧੇ ਹੋ ਤੇ ਜੇ ਰੋਜ਼ ਨਮੀ ਚਰਚਾ ਛੇੜ ਕੇ ਜਿਹੜਾ ਧਿਆਨ ਇਹਨਾਂ ਦਾ ਕਾਨੂੰਨਾਂ ਦੇ ਉੱਤੇ ਰਿਪੀਲ ਕਰਾਉਣ ਤੇ ਸਾਰਾ ਦਿਮਾਗ ਲੱਗਣਾ ਚਾਹੀਦਾ ਹੈ ਆਨ ਹਟਾ ਕੇ ਤੁਸੀਂ ਉਹਨਾਂ ਦੇ ਉਹਨਾਂ ਵਾਲੇ ਪਾਸੇ ਨੂੰ ਇਹ ਰੋਟੀਆਂ ਨਾ ਸੇਕ ਜੇ ਕਿਤੇ ਗੜਬੜ ਨਾ ਕਰ ਜੇ ਅੰਦੋਲਨ ਵਿੱਚ ਕੁਝ ਹੋ ਨਾ ਜਾਏ ਇਸੇ ਪਾਸੇ ਲਾਈ ਰੱਖੋਗੇ ਇਹ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਨਹੀਂ ਭਲਾ ਸੋਚ ਤਾਂ ਲਿਆ ਕਰੋ ਕਦੇ ਜਿਹੜੇ ਤੇ ਥਾਂ ਥਾਂ ਗੱਲਾਂ ਕਰਦੇ ਤੁਰੇ ਫਿਰਦੇ ਨੇ ਉਹਨਾਂ ਦਾ ਪਿਛੋਕੜ ਕੀ ਹੈ ਕਿਦੇ ਹੁਣ ਤੱਕ ਜਿਹਨੂੰ ਕੋਈ ਖਿਆਲ ਨਹੀਂ ਸੀ ਆਪਣੀ ਏਜੰਡੇ ਦਾ ਉਹ ਇੱਥੇ ਅੱਜ ਇਹਨੂੰ ਉਹਦੇ ਏਜੰਡੇ ਦਾ ਕਿਉਂ ਖਿਆਲ ਆਇਆ ਮੈਂ ਬਾਰ-ਬਾਰ ਕਹਿਣਾ ਉਹਨਾਂ ਨੂੰ ਵੀ ਬੇਨਤੀ ਕਰਦਾ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਇਹ ਅੰਦੋਲਨ ਕਿਸਾਨਾਂ ਦਾ ਅੰਦੋਲਨ ਹੈ ਇਹਨੂੰ ਕਿਸਾਨਾਂ ਦਾ ਅੰਦੋਲਨ ਰਹਿਣ ਦਿਓ ਕਿਸਾਨਾਂ ਦਾ ਅੰਦੋਲਨ ਰਹਿਣ ਦਿਓ ਕਿਸਾਨਾਂ ਦਾ ਅੰਦੋਲਨ ਰਹਿਣ ਦਿਓ ਰੱਬ ਦਾ ਵਾਸਤਾ ਜੇ ਕੁਦਰਤ ਨਾਲ ਦੀ ਕੋਈ ਚੀਜ਼ ਹੈ ਜਿਹੜਾ ਵੀ ਆਦਮੀ ਇਸ ਅੰਦੋਲਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੂ ਉਹਦੇ ਕਰਜੇ ਇਨਸਾਫ ਹੈ ਉਹਨੇ ਬਖਸ਼ਣਾ ਨਹੀਂ ਉਨੇ ਨਹੀਂ ਬਖਸ਼ਣਾ ਇਹ ਭੋਲੇ-ਪਾਲੇ ਲੋਕ ਜਿਹੜੇ ਇੱਥੇ ਆ ਕੇ ਬੈਠੇ ਨੇ ਇਹਨਾਂ ਨੂੰ ਬਹੁਤਿਆਂ ਨੂੰ ਤਾਂ ਕਾਨੂੰਨ ਦੀ ਤਸ਼ਰੀਬ ਨਹੀਂ ਆਉਂਦੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਕਾਨੂੰਨ ਦੀ ਡੰਗਾਈ ਨਾਲ ਜਾਣ ਚੇ ਨਹੀਂ ਸਾਡੇ ਤੇ ਵਿਸ਼ਵਾਸ ਕਰਕੇ ਇੱਥੇ ਬੈਠੇ ਨੇ ਵੀ ਸਾਡੇ ਜਿਹੜੇ ਉਹ ਬੰਦੇ ਜਿਹੜੇ ਜਿਨ੍ਹਾਂ ਦੀ ਅਸੀਂ ਡਿਊਟੀ ਲਈ ਹੈ ਉਹ ਇਹਨੂੰ ਸਮਝਦੇ ਆਂ ਔਰ ਸਾਡੇ ਲਈ ਠੀਕ ਲੜਾਈ ਲੜ ਰਹੇ ਆ ਇਸ ਕਰਕੇ ਤੁਸੀਂ ਇੱਥੇ ਬੈਠੇ ਹੋ ਤੁਝੇ ਇਹੋ ਜਿਹੇ ਹਾਲਾਤ ਵਿੱਚ ਨਹੀਂ ਵਰਦਾ ਤੁਸੀਂ ਫੇਰ ਵੀ ਟਰਾਲੀਆਂ 'ਚ ਖੰਡ ਪੈਂਦੀ ਹੈ ਕੱਕਰ ਪੈਂਦਾ ਤੁਸੀਂ ਫੇਰ ਵੀ ਟਰਾਲੀਆਂ ਚ ਉਹ ਲੋਕ ਜਿਹੜੇ ਜਿਹੜੇ ਅੱਜ ਤਾਜ਼ੀਆਂ-ਤਾਜ਼ੀਆਂ ਰੋਟੀਆਂ ਲਾਉਣ ਆਏ ਆ ਮੇਰੀ ਉਹਨਾਂ ਨੂੰ ਸਿਨਮਰ ਬੇਨਤੀ ਹੈ ਕਿਤੇ ਹੋਰ ਲਾ ਲਿਓ ਬਖਸ਼ ਦਿਓ ਇੱਕ ਅੰਦੋਲਨ ਨੂੰ ਬਖਸ਼ ਦਿਓ ਇਹ ਦੁਨੀਆ ਦਾ ਅੰਦੋਲਨ ਹੋ ਗਿਆ ਦੁਨੀਆ ਵਾਚ ਕਰ ਰਹੀ ਆ ਦੁਨੀਆ ਦੇਖ ਰਹੀ ਆ ਇੱਕ ਅੰਦੋਲਨ ਨੂੰ ਬਖਸ਼ ਦਿਓ ਤੁਸੀਂ ਬਖਸ਼ਦੇ ਤਾਂ ਕਿਸੇ ਨੂੰ ਹੋ ਨਹੀਂ ਸ਼ਾਇਦ ਪਰਮਾਤਮਾ ਨੇ ਤੁਹਾਡੀ ਬੁੱਧੀ ਪਰਿਸ਼ਟ ਕੀਤੀ ਹੈ ਤੁਸੀਂ ਬਖਸ਼ਦੇ ਨਹੀਂ ਡਾਕਟਰ ਦਰਸ਼ਨਪਾਲ ਤੁਹਾਨੂੰ ਅਗਲੇ ਸਾਰੇ ਪ੍ਰੋਗਰਾਮ ਦੱਸ ਕੇ ਗਏ ਆ ਪਰ ਮੈਂ ਤਾਂ ਸਾਰੇ ਦੇਸ਼ ਦੇ ਕਿਸਾਨਾਂ ਨੂੰ ਅੱਜ ਇਕਬੀਲ ਕਰਨੀ ਹੈ 26 ਜਨਵਰੀ ਦਾ ਪ੍ਰੋਗਰਾਮ 26 ਜਨਵਰੀ ਦਾ ਪ੍ਰੋਗਰਾਮ ਸਾਰੇ ਦੇਸ਼ ਦੇ ਕਿਸਾਨਾਂ ਲਈ ਇੱਕ ਚੁਣੌਤੀ ਹੈ ਜਿਹਦੇ ਕੋਲ ਜੋ ਕੁਝ ਹੈ ਟਰੈਕਟਰ ਹੈ ਟਰਾਲੀ ਹੈ ਕੋਈ ਸਾਧਨ ਹੈ ਕੋਈ 4 ਵੀਲਰ ਹੈ ਕਈ ਤਰੀਕ ਤੋਂ ਬਾਅਦ ਜਿਹੜਾ ਇੱਥੇ ਆ ਸਕਦਾ ਕੋਈ 5-400 ਕਿਲੋਮੀਟਰ ਦੇ ਕੇਰੇ ਚ ਉਹ ਇੱਥੇ ਆ ਜਾਏ ਜਿਹੜੇ ਇੱਥੇ ਨਹੀਂ ਆ ਸਕਦੇ ਉਹ ਆਪਣੇ ਗਵਰਨਰ ਨੂੰ ਵਕਤ ਪਾ ਦੇ ਤੇ 26 ਤਰੀਕ ਪਤਾ ਲੱਗ ਜਾਣਾ ਚਾਹੀਦਾ ਮੋਦੀ ਸਰਕਾਰ ਨੂੰ ਵੀ ਇਹ ਅੰਦੋਲਨ ਪੰਜਾਬ ਹਰਿਆਣਾ ਰਾਜਸਥਾਨ ਉੱਤਰਾਖੰਡ ਯੂਪ ਫਿਰ ਮੱਧ ਪ੍ਰਦੇਸ਼ ਤੱਕ ਸੀਮਤ ਨਹੀਂ ਇਸ ਅੰਦੋਲਨ ਦੀ ਅੱਗ ਸਾਰੇ ਦੇਸ਼ ਵਿੱਚ ਬਲਣ ਲੱਗੀ ਹੈ ਉਦਾ ਸੇਖ ਮੋਦੀ ਦੇ ਘਰ ਤੱਕ ਉਹ ਜਾਣਾ ਚਾਹੀਦਾ ਹੈ ਪਿੱਛੇ ਸੁਨੇਹੇ ਲਾਓ ਤੁਸੀਂ ਇੱਥੇ ਬੈਠੇ ਹੋ ਮੈਨੂੰ ਪਤਾ ਜਿੱਦਣ ਅਸੀਂ ਕਹਿੰਨੇ ਆ ਤੁਸੀਂ ਉਹਦਲੇ ਸੁਨੇਹੇ ਲਾ ਕੇ ਤੇ ਹਰ ਵਾਰੀ ਨੇਰੀ ਠਾਲ ਦਿੰਦੇ ਹੋ ਅੱਜ ਹੁਣ ਲੋੜ ਹੈ 26 ਤਰੀਕ ਦੀ ਤਿਆਰੀ ਲਈ ਪੂਰੀ ਟਿੱਲ ਲਾ ਦਿਓ ਜਿੱਥੇ ਤੱਕ ਤੁਹਾਡੀ ਪਹੁੰਚ ਹੈ ਹਰ ਸਟੇਟ ਦੇ ਵਿੱਚ ਹਰ ਸਟੇਟ ਦੇ ਗਵਰਨਰ ਦਾ ਜਿਉਣਾ ਹਰਾਮ ਕਰੋ ਮੋਦੀ ਦਾ ਜਿਉਣਾ ਹਰਾਮ ਕਰੋ 26 ਤਰੀਕ ਦਾ ਅੰਦੋਲਨ ਇਸ ਦੇਸ਼ ਲਈ ਇੱਕ ਨਵੀਂ ਨਵਾਂ ਇਤਿਹਾਸ ਸਿਰਜੇਗਾ ਮੈਂ ਕਿਹਾ ਮੰਤਰੀਆਂ ਨੂੰ ਦੇਖਾਂਗੇ ਮੈਂ ਉਹ ਇੱਕ ਸ਼ੇਰ ਜਿਹਾ ਬੋਲਿਆ ਸੀ ਕਲਾਈਂ ਦਾ ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇ ਹੈ ਮੰਤਰੀਆਂ ਨੂੰ ਕਿਹਾ ਸੀ ਦੇਖਾਂਗੇ ਤੁਹਾਡੇ ਵਿੱਚ ਕਿੰਨੀ ਤਾਕਤ ਹੈ ਕਿੰਨਾ ਤੁਹਾਡੀ ਖੂਨ ਦੀ ਪਿਆਸ ਹੈ ਕਿੰਨੇ ਨਾਲ ਤੁਹਾਡੀ ਪਿਆਸ 부ਝ ਸਕਦੀ ਹੈ ਅਸੀਂ ਬੁਝਾਉਣ ਲਈ ਤਿਆਰ ਹੋ ਕੇ ਆਵਾਂਗੇ ਪਰ ਅਸੀਂ ਸ਼ਾਂਤਮਈ ਰਹਾਂਗੇ ਮੈਨੂੰ ਇੱਕ ਗੱਲ ਮੈਂ ਜ਼ਿੰਦਗੀ ਚ ਕਦੇ ਭੁੱਲਿਆ ਨਹੀਂ ਮੇਰੇ ਅਜ਼ੀਜ਼ ਰਹੇ ਸਰਪਛੋਰਾ ਸਿੰਘ ਸਿੱਧੂਪੁਰ ਅਜ ਦੁਨੀਆ ਵਿੱਚ ਨਹੀਂ ਇੱਕ ਗੱਲ ਮੈਨੂੰ ਯਾਦ ਆ ਉਹਨਾਂ ਦੀ ਬਹੁਤ ਵੱਡੀ ਗੱਲ ਇੱਕ ਵਾਰੀ ਕੰਦੋਲਨ ਹੋਇਆ ਪੰਜਾਬ ਸਰਕਾਰ ਨੇ ਉਹਦੇ ਤੇ ਪਾਬੰਦੀ ਲਾਤੀ ਸਰਕਾਰ ਇੰਨੀ ਘਬਰਾਈ ਉਹਨੇ ਰੋਡਵੇਜ਼ ਦੀਆਂ ਬੱਸਾਂ ਵੀ ਬੰਦ ਸਾਰੇ ਸ਼ਹਿਰ ਬੰਦ ਸਾਰੇ ਪੰਜਾਬ ਚ ਕਰਫਿਊ ਲਾ ਦਿੱਤਾ ਪਰ ਕਿਸਾਨ ਫੇਰ ਵੀ ਚੰਡੀਗੜ੍ਹ ਵੱਲ ਮਾਰਚ ਕਰ ਦਿੱਤੇ ਮੱਕੀਆਂ ਦੀਆਂ ਫਸਲਾਂ ਹੁੰਦੀਆਂ ਸੀ ਹੈਲੀਕਾਪਟਰਾਂ ਤੇ ਕਿਸਾਨਾਂ ਨੂੰ ਮੱਕੀਆਂ ਚ ਲੱਭਦੇ ਫਿਰਨ ਸਰ ਪਸ਼ੋਰਾ ਸਿੰਘ ਔਰ ਉਹਨਾਂ ਦੇ ਸਾਥੀ ਕਿਤੇ ਮੁਰਿੰਡੇ ਲਾਗੇ ਮੁਰਿੰਡੇ ਦਾ ਉਸ ਵੇਲੇ ਇੱਕ ਕਮਲਾ ਐਸ ਐਚਓ ਸੀ ਉਹਨੂੰ ਟੱਕਰ ਗਏ ਉਹ ਭੂਤਰਿਆ ਪੁਲਿਸ ਦੇ ਸਟਾਰਾਂ ਦੇ ਨਸ਼ੇ 'ਚ ਉਹਨੂੰ ਕਹਿੰਦਾ ਕੋ ਤੈਨੂੰ ਪਤਾ ਨਹੀਂ ਭਈ ਅੱਜ پابੰਦੀ ਲਾਈ ਐ ਸਰਕਾਰ ਨੇ ਕਰਫਿਊ ਲਾਇਆ ਤੂੰ ਜਥਾ ਲੈ ਕੇ ਜਾਣਾ ਉਹ ਕਹਿੰਦਾ ਹਾਂ ਮੈਂ ਆਪਣੀ ਡਿਊਟੀ ਕਰਦਾ ਤੂੰ ਆਪਣੀ ਕਰ ਕਹਿੰਦਾ ਤੈਨੂੰ ਪਤਾ ਹੀ ਕਿਹਨੂੰ ਕਹਿਣਾ ਕਹਿੰਦਾ ਹਾਂ ਮੈਂ ਇੱਕ ਪੁਲਿਸ ਇੰਸਪੈਕਟਰ ਨੂੰ ਕਹਿਣਾ ਕਹਿੰਦਾ ਭਾਓ ਇਹਨੂੰ ਲੰਬਾ ਪਸ਼ੋਰਾ ਸਿੰਘ ਉਹਨੇ ਕਹਿੰਦੇ ਨਹੀਂ ਠਹਿਰ ਮੈਂ ਪਹਿਨਾ ਕੱਪੜੇ ਲਾ ਕੇ ਕਮੀਜ਼ ਲਾ ਕੇ ਤਰਤੀ ਤੇ ਪੈ ਗਏ ਉਹ ਡਾਂਗ ਮਾਰਦਾ ਸੀ ਪਸ਼ੋਰਾ ਸਿੰਘ ਵਾਹਿਗੁਰੂ ਕਹਿੰਦਾ ਸੀ ਪਸ਼ੋਰਾ ਸਿੰਘ ਮੇਰਾ ਸ਼ਗਿਰਦ ਅਸੀਂ ਮੈਨੂੰ ਇਹ ساری ਜ਼ਿੰਦਗੀ ਕਹਾਣੀ ਇਹ ਨਹੀਂ ਭੁੱਲਣੀ ਜਿੰਨੀਆਂ ਡਾਂਗਾ ਪਸ਼ੋਰਾ ਸਿੰਘ ਦੇ ਸਰੀਰ ਤੇ ਪਈਆਂ ਤਕੜਾ ਤਕੜੇ ਜੁੱਸੇ ਵਾਲਾ ਕਿਸਾਨ ਲੀਡਰ ਸੀ ਸਾਰੀਆਂ ਦੀਆਂ ਲਾਸ਼ਾਂ ਅਸੀਂ ਆਪਣੇ ਅੱਖੀ ਦੇਖੀਆਂ ਕੰਟ ਅੱਜ ਵੀ ਕੋਈ ਨਹੀਂ ਲੀਡਰ ਮੋਰੇ ਹੋ ਕੇ ਮਰਨਗੇ ਪਰ ਸਮਝ ਲੈਣਾ ਚਾਹੀਦਾ ਹੈ ਤੁਹਾਡੇ ਵਿੱਚ ਬੜ ਕੇ ਕੋਈ ਅੰਦੋਲਨ ਨੂੰ ਖਰਾਬ ਨਾ ਕਰੇ ਸਾਰਾ ਜਿਵੇਂ ਅੱਗੇ ਕਰਦੇ ਹੋ ਟ੍ਰੈਫਿਕ ਕੰਟਰੋਲ ਕਰਨਾ ਆਪੋ ਆਪਣੀਆਂ ਟਰਾਲੀਆਂ ਦੇ ਆਲੇ ਦੁਆਲੇ ਰਾਤ ਨੂੰ ਪਹਿਰੇ ਦੇਣਾ ਕੋਈ ਆ ਕੇ ਸ਼ਰਾਬ ਦੀ ਬਹਾਨੇ ਕੋਈ ਕਿਸੇ ਬਹਾਨੇ ਤੁਹਾਨੂੰ ਉਕਸਾਉਂਦਾ ਇੱਕ ਮੈਂ ਬੇਨਤੀ ਉਹਦਣ ਵੀ ਕੀਤੀ ਸੀ ਉਹਦਾ ਇੱਕ ਦਿਨ ਅਸਰ ਰਿਹਾ ਅੱਜ ਫੇਰ ਹੈ ਨਹੀਂ ਮੈਂ ਨਾਂ ਨਹੀਂ ਲੈਣਾ ਪੰਜਾਬ ਵਾਲੇ ਤੇ ਤਾਂ ਬਹੁਤ ਅਸਰ ਹੈ ਪਰ ਕੁਝ ਹੋਰ ਸੱਜਣ ਨੇ ਸਾਡੇ ਸਾਥੀ ਨੇ ਪਰ ਉਹਨਾਂ ਕੀ ਕਹਾ ਸ਼ਾਮ ਨੂੰ ਸ਼ਰਾਬ ਪੀਂਦੇ ਨੇ ਉਹ ਤੁਸੀਂ ਰੋਜ਼ ਤਾਂ ਦੋ ਅਰਥੀਆਂ ਭੇਜ ਦਿਓ ਮੈਂ ਉਸ ਦਿਨ ਵੀ ਕਿਹਾ ਸੀ ਦੋ ਅਰਥੀਆਂ ਉਸਨੂੰ ਪੰਜਾਬ ਨੂੰ ਜਾ ਰਹੀਆਂ ਨੇ ਇਸ ਖੁਸ਼ੀ 'ਚ ਸ਼ਰਾਬ ਪੀਂਦੇ ਹੋ ਇਸ ਖੁਸ਼ੀ 'ਚ ਡੱਕ ਵਜਾਉਂਦੇ ਹੋ ਆ ਕਿਹੜੇ ਚਾ ਹੈ ਇੱਡੇ ਵੱਡੇ ਸੰਘਰਸ਼ 'ਚ ਆ ਕੇ ਤੁਹਾਡੇ ਅੰਦਰ ਨਿੱਗਰ ਦੀ ਕਿਵੇਂ ਹੈ ਇਹ ਮੇਰੇ ਸਮਝ ਤੋਂ ਬਾਹਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਕੋਈ ਤੁਹਾਡੇ ਨਾਲ ਬੈਠਾ ਪੀਂਦਾ ਉਹਨੂੰ ਪਿਆਰ ਨਾਲ ਸਤਿਕਾਰ ਨਾਲ ਹੱਥ ਜੋੜ ਕੇ ਰੋਕੋ ਇਹ ਵੀ ਇੱਕ ਡਿਸਪਲਿਨ ਹੈ ਇਹ ਵੀ ਡਿਸਪਲਿਨ ਦਾ ਹਿੱਸਾ ਹੈ ਇੱਕ ਮੈਂ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹਣਾ ਇੱਕ ਬੜਾ ਭੂਤਰੀਆ ਕੰਮ ਕੀਤਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਗਾयक ਨੇ ਜਿਨ੍ਹਾਂ ਨੇ ਸਾਡੇ ਇਸ ਅੰਦੋਲਨ ਨਾਲ ਸੰਬੰਧਿਤ ਗੀਤ ਲਿਖੇ ਗੀਤ ਗਾਏ ਜਿਨ੍ਹਾਂ ਨੂੰ ਤੁਸੀਂ ਇੱਥੇ ਰੋਜ਼ ਸੁਣਦੇ ਹੋ ਔਰ ਘਰ ਘਰ ਪਲਚਨਤ ਹੋ ਗਏ ਹੋ ਗੀਤ ਇਦਰੀ ਬੁੱਧੀ ਭ੍ਰਿਸ਼ਟ ਹੋਈ ਕੈਪਟਨ ਅਮਰਿੰਦਰ ਸਿੰਘ ਦੀ ਯਾਦਾਂ ਉਹਨੂੰ ਖਿਆਲ ਆ ਗਿਆ ਕੋਈ ਮੇਰੇ ਜੁਆਈ ਦਾ ਕੇਸ ਸੀਡੀ ਕੋਲ ਪਿਆ ਤੇ ਆਉ ਉਹਨੂੰ ਖਿਆਲ ਆ ਗਿਆ ਮੇਰੀ ਧਰਮ ਪਤਨੀ ਦਾ ਕੇਸ ਵੀ ਸੀਡੀ ਕੋਲ ਪਿਆ ਮੇਰੇ ਪੁੱਤਰ ਦਾ ਕੇਸ ਵੀ ਈਡੀ ਕੋਲ ਪਿਆ ਯਾ ਤਾਂ ਸੈਂਟਰ ਨੇ ਚੂੜੀ ਚੜਾਈ ਉਹਦੇ ਕਰਕੇ ਕਰਦਾ ਉਹਨਾਂ ਨੇ ਜਿਹੜਾ ਸਾਡੇ ਉਹ ਮੁੰਡੇ ਨੂੰ ਕੁੱਟਿਆ ਬਰਾੜ ਨੂੰ ਉਹ ਉਹਨੂੰ ਨਹੀਂ ਕੁੱਟਿਆ ਕਿਸਾਨੀ ਨੂੰ ਕੁੱਟਿਆ ਸਮਝ ਲੈਣਾ ਚਾਹੀਦਾ ਯਾ ਤਾਂ ਬੰਦਾ ਬਣ ਕੇ ਇਦਾਂ ਗਾਇਕਾਂ ਨੂੰ ਪਰੇਸ਼ਾਨ ਕਰਨਾ ਬੰਦ ਕਰੇ ਨਹੀਂ ਤਾਂ ਜੋ ਅਸੀਂ ਡਿਸਾਈਡ ਕਰਾਂਗੇ ਤੇ ਚੱਲਿਆ ਨਹੀਂ ਜਾਣਾ ਇੱਕ ਦਿਨ ਹੀ ਚੱਲਣਾ ਕੈਪਟਨ ਮਨਦਰ ਸਿੰਘ ਤੇ ਇਕ ਤੁਹਾਡਾ ਫੈਸਲਾ ਹੈ ਜਦੋਂ ਤੇ ਤੁਸੀਂ ਆਏ ਹੋ ਉਹ ਬੜਾ کارਗਰ ਹੋਇਆ ਔਰ ਬੜਾ ਤੁਸੀਂ ਸਫਲਤਾ ਨਾਲ ਉਹਨੂੰ ਲਾਗੂ ਕੀਤਾ ਵੀ ਅਸੀਂ ਕਿਸੇ ਕਿਸੇ ਪੋਲੀਟੀਕਲ ਪਾਰਟੀ ਨਾਲ ਸਟੇਜ ਸ਼ੇਅਰ ਨਹੀਂ ਕੀਤੀ ਅੰਦੋਲਨ ਤੁਹਾਡਾ ਹੈ ਮੈਂ ਜਿਵੇਂ ਪਹਿਲਾਂ ਕਿਹਾ ਕਿਸਾਨਾਂ ਦਾ ਅੰਦੋਲਨ ਇਹਨੂੰ ਕਿਸਾਨਾਂ ਦਾ ਰਹਿਣ ਦਿਓ ਤੁਸੀਂ ਇਹਨੂੰ ਕਿਸਾਨਾਂ ਦਾ ਬਣਾ ਕੇ ਰੱਖਿਆ ਕੋਈ ਪੋਲੀਟੀਕਲ ਲੀਡਰ ਪਤਾ ਨਹੀਂ ਖਾਨਾ ਖਾਲੀ ਹੋ ਗਿਆ ਦਿਮਾਗ ਦਾ ਯਾ ਵਿਚਾਰੇ ਉਖੜ ਕੇ ਜਮੀਨ ਨਹੀਂ ਲੱਭਦੀ ਕਹਿੰਦੇ ਅਸੀਂ ਚਲਾਉਂਦੇ ਹਾਂ ਅੰਦੋਲਨ ਬੋਲੇ ਮਾਨਸੋ ਲੋਕ ਪੰਜਾਬ ਦੇ ਨਹੀਂ ਜਾਣਦੇ ਜੇ ਤੁਸੀਂ ਥੋੜੀ ਕਾਰਗੁਜ਼ਾਰੀ ਠੀਕ ਹੁੰਦੀ ਜਿਸ ਦਿਨ ਆਰਡੀਨੈਂਟ ਸਾਹਦੇ ਦਿੱਸਕਤ ਹੋਇਆ ਉਦੋਂ ਬੀਬੀ ਹਰਸਿਮਰਤ ਕੌਰ ਅਸਤੀਫਾ ਦੇ ਕੇ ਆ ਜਾਂਦੀ ਆ ਤੁਹਾਨੂੰ ਪਿੱਟਣ ਦੀ ਲੋੜ ਨਹੀਂ ਸੀ ਪੈਣੀ ਉਦੋਂ ਬ੍ਰੇਕ ਲੱਗ ਜਾਣੀ ਸੀ ਲੋਕ ਜਾਣਦੇ ਨੇ ਚੰਗੀ ਤਰ੍ਹਾਂ ਪੰਜਾਬ ਦੇ ਕੋਈ ਨਹੀਂ ਭੁੱਲਿਆ ਤੁਹਾਨੂੰ ਤੁਹਾਡੀ ਕਾਰਗੁਜ਼ਾਰੀ ਨੂੰ ਇਦਾਂ ਦੀਆਂ ਬੇਹੂਦਾ ਗੱਲਾਂ ਕਰਨੀਆਂ ਇਸ ਲੈਵਲ ਤੇ ਉਹ ਬੈਠਾ ਹੈ ਜਾਂ ਤਾਂ ਉਹ ਲੈਵਲ ਦੀ ਵੀ ਉਹਨੂੰ ਚਿੰਤਾ ਨਹੀਂ ਇਹ ਤੋਪ ਦੀਆਂ ਨਹੀਂ ਫਿਰ ਰੋਜ ਉਂਝਾ ਲਾਉਣੀ ਹੈ ਜੀ ਲੀਡਰ ਜਿਹੜੇ ਨੇ ਇਹਨਾਂ ਨੂੰ ਜੀ ਕੋਈ ਆਈਪੀਐਸ ਅਫਸਰ ਪੜਾਉਂਦੇ ਨੇ ਇਹ ਤੈਨੂੰ ਤੂੰ ਸਿੱਖਿਆ ਹੁਣ ਆ ਜਿਹੜੇ ਬੈਠੇ ਨੇ ਤਾਂ ਕਿਸੇ ਆਈਪੀਐਸਰ ਨੂੰ ਟਿਚ ਕਰਕੇ ਨਹੀਂ ਜਾਣਦੇ ਕਿਤੇ ਹੱਥ ਉਂਝ ਨੂੰ ਹੱਥ ਲਾਉ ਠੂਹੇ ਕੋਈ ਡੰਗ ਮਾਰਦਾ ਇਹ ਝੁਗਣ ਵਾਲੇ ਨੇ ਤੋ ਮੇਰੀ ਤੁਹਾਨੂੰ ਪ੍ਰਾਪੋ ਪੁਰਜੋਰ ਬੇਨਤੀ ਹੈ ਤੁਹਾਡੇ ਚਰਨਾ ਵਿੱਚ ਮੈਂ ਹਰ ਵਾਰੀ ਕਹਿਣਾ ਮੈਂ ਇਹ ਮੰਨ ਕੇ ਚੱਲਦਾ ਆਹ ਜਗਾ ਆ ਜਗਾ ਸਾਡੇ ਲਈ ਬਹੁਤ ਪਵਿੱਤਰ ਜਗਾ ਹੈ ਇਹ ਜਗਾ ਕਿਦੇ ਵੱਲ ਸਾਰੀ ਦੁਨੀਆ ਦੇਖ ਰਹੀ ਆ ਉਹ ਜਗਾ ਹੈ ਇਹ ਇਤਿਹਾਸਿਕ ਜਗਾ ਹੈ ਇਸ ਕਰਕੇ ਮੈਂ ਤੁਹਾਡੇ ਚਰਨਾ ਚ ਸਿਰ ਝੁਕਾ ਕੇ ਇਹ ਜਗ੍ਹਾ ਨੂੰ ਪ੍ਰਣਾਮ ਕਰਕੇ ਤੁਹਾਨੂੰ ਬੇਨਤੀ ਕਰਦਾ ਆਪਣੇ ਅੰਦੋਲਨ ਨੂੰ ਆਪ ਬਚਾਓ ਜਿਹੜੇ ਲੋਕ ਤਾਜ਼ੀਆਂ ਤਾਜ਼ੀਆਂ ਰੋਟੀਆਂ ਲਾਉਣਾ ਚਾਹੁੰਦੇ ਨੇ ਉਹਨਾਂ ਨੂੰ ਸਫਲ ਨਾ ਹੋਣ ਦਿਓ ਜਿਹੜੇ ਤੁਹਾਨੂੰ ਕੋਈ ਕਿਸੇ ਨਾਂ ਤੇ ਕੋਈ ਕਿਸੇ ਨਾਂ ਤੇ ਵੰਡ ਕੇ ਇਸ ਅੰਦੋਲਨ ਨੂੰ ਬਖੇਰਨਾ ਚਾਹੁੰਦਾ ਹੈ ਉਹਨਾਂ ਨੂੰ ਸਮਝੋ ਕੁਝ ਲੜਨ ਦੀ ਲੋੜ ਨਹੀਂ ਕੁਝ ਕਹਿਣ ਦੀ ਲੋੜ ਨਹੀਂ ਇੱਕ ਮੈਂ ਬੇਨਤੀ ਹੋਰ ਕਰਕੇ ਸਮਰਥਨ ਕਰਾਂਗਾ ਪ੍ਰੈਸ ਸਾਰੀ ਇੱਕ ਦੋ ਚੈਨਲਾਂ ਨੂੰ ਛੱਡ ਕੇ ਸਾਰੇ ਦੇ ਸਾਰੇ ਮੋਦੀ ਦੇ ਕੋਲ ਚਾਲੂ ਨੇ ਮੋਦੀ ਦੇ ਕੋਲ ਸਾਰੇ ਦੇ ਸਾਰੇ ਚਾਲੂ ਨੇ ਕਿਹਨੂੰ ਕਿਹਨੂੰ ਘੇਰੋਗੇ ਸਾਡਾ ਕੰਮ ਇਹ ਨਹੀਂ ਉਹ ਵਿਚਾਰੇ ਮੁਲਾਜ਼ਮ ਨੇ ਜਿੰਨੇ ਮੁੰਡੇ ਇੱਥੇ ਕਵਰੇਜ ਵਾਸਤੇ ਆਉਂਦੇ ਨੇ ਇਹ ਸਾਡੇ ਵਿੱਚੋਂ ਨੇ ਸਾਡੇ ਧੀਆਂ ਪੁੱਤ ਨੇ ਨੌਕਰੀ ਕਰਦੇ ਨੇ ਸਾਡਾ ਪੁੱਤ ਵੀ ਨੌਕਰੀ ਕਰਦਾ ਹੋ ਸਕਦਾ ਕਿਤੇ ਉਹ ਆਪਣੇ ਮਾਲਕ ਦਾ ਹੁਕਮ ਮੰਨੂਗਾ ਸਾਡੇ ਅੰਦਰ ਇਹ ਭਾਵਨਾ ਹੋਣੀ ਚਾਹੀਦੀ ਹੈ ਵੀ ਸਾਡਾ ਬੱਚਾ ਨੌਕਰੀ ਕਰਦਾ ਹੈ ਕਿਸੇ ਤਰ੍ਹਾਂ ਉਹ ਆਪਣੇ ਮਾਲਕ ਦਾ ਹੁਕਮ ਮੰਨ ਕੇ ਕੁਝ ਕਰ ਰਿਹਾ ਹੈ ਉਹਦੇ ਪਿੱਛੇ ਪੈਣ ਦੀ ਲੋੜ ਨਹੀਂ ਤੈਨੂੰ ਬਾਰ-ਬਾਰ ਮਾਫੀ ਮੰਗਣੀ ਪੈਂਦੀ ਹੈ ਜਦ ਦੇ ਕਿ ਤੁਸੀਂ ਕੋਈ ਗਲਤੀ ਕਰ ਦਿਓ ਮਾਫੀ ਇਸ ਜ਼ਿੰਮੇਵਾਰੀ ਸਾਡੀ ਹੈ ਅਸੀਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਉਹਨਾਂ ਬੱਚਿਆਂ ਤੋਂ ਵੀ ਸਾਡੇ ਬੱਚੇ ਨੇ ਗਲਤੀ ਸਾਡੇ ਬੱਚਿਆਂ ਤੋਂ ਨਹੀਂ ਹੋਈ ਸੱਤੇ ਹੋ ਗਈ ਇਸ ਕਰਕੇ ਸਾਨੂੰ ਮਾਫ ਕਰ ਦਿਓ ਇਹ ਜਿਹੜਾ ਚੈਨਲਾਂ ਦੇ ਮਗਰ ਪੈਣ ਵਾਲਾ ਕੰਮ ਹੈ ਇਹ ਕਿਰਪਾ ਕਰਕੇ ਬੰਦ ਕਰੋ ਇਹ ਸੋਭਦਾ ਨਹੀਂ ਜਿਹੜੀਆਂ ਧੀਆਂ ਪੈਣਾ ਸਾਡੀਆਂ ਟੀਵੀ ਚੈਨਲਾਂ ਚ ਮੀਡੀਆ ਚ ਕੰਮ ਕਰਦੀਆਂ ਨੇ ਸਾਡੀਆਂ ਧੀਆਂ ਨੇ ਉਹਨਾਂ ਦਾ ਮਾਣ ਸਤਿਕਾਰ ਸਾਡਾ ਫਰਜ਼ ਬਣਦਾ ਹੈ ਮੈਨੂੰ ਗੱਲ ਯਾਦ ਆਈ ਜਦੋਂ ਇੱਥੇ ਆ ਕੇ ਬੈਠੇ ਉਦੋਂ ਪਹਿਲਾਂ ਪਹਿਲਾਂ ਇੱਥੇ ਦੇ ਆਲੇ ਦੁਆਲੇ ਦੇ ਲੋਕ ਡਰਦੇ ਸੀ ਚੌਥੇ ਦਿਨ ਇੱਕ ਲੜਕੀ ਰੋਈ ਸਾਡੇ ਵਿੱਚੋਂ ਕਿਸੇ ਨੇ ਪੁੱਛਿਆ ਵੀ ਤੀਏ ਰੋਂਦੀ ਕਾਤੇ ਆ ਕਹਿੰਦੇ ਮੈਨੂੰ ਗਲਤ ਕਿਹਾ ਗਿਆ ਸੀ ਕਿ ਲੋਕ ਬੜੇ ਖਤਰਨਾਕ ਨੇ ਇਥੋਂ ਮੇਰੇ ਮਾਪੇ ਨੇ ਮੈਨੂੰ ਤਾਂ ਇਹਨਾਂ ਨੇ ਅਹਿਸਾਸ ਕਰਾਇਆ ਹੈ ਕਿ ਸੱਚਮੁੱਚ ਮੇਰੇ ਮਾਪੇ ਨੇ ਮੈਂ ਤਾਂ ਰੋਨੀ ਆ ਕੀ ਤੁਸੀਂ ਨਾ ਖਟਿਆ ਇਹਦਾ ਕੋਈ ਮੁੱਲ ਨਹੀਂ ਇਸ ਗੱਲ ਦਾ ਧਿਆਨ ਕਰੋ ਆਲੇ-ਦਾਲੇ ਦੇ ਲੋਕ ਸਾਰੇ ਤੁਹਾਨੂੰ ਸਪੋਰਟ ਕਰਦੇ ਨੇ ਤੁਹਾਡੇ ਲਈ ਸਾਰਿਆਂ ਨੇ ਆਪਣੇ ਘਰਾਂ ਦੇ ਬੂਹੇ ਖੁੱਲੇ ਛੱਡੇ ਹੋਏ ਨੇ ਦੁਕਾਨਾਂ ਤੇ ਕੋਈ ਤੁਹਾਡੇ ਤੇ ਕੋਈ ਬੇਵਿਸ਼ਵਾਸੀ ਨਹੀਂ ਕਰਦਾ ਤੇ ਤੁਹਾਨੂੰ ਵੀ ਅਹਿਸਾਸ ਹੋਣਾ ਚਾਹੀਦਾ ਹੈ ਵੀ ਜੇ ਇੱਕ ਵਿਸ਼ਵਾਸ ਬਣਿਆ ਤੁਹਾਡਾ ਭਾਈਚਾਰਕ ਵਿਸ਼ਵਾਸ ਬਣਿਆ ਇਹ ਵਿਸ਼ਵਾਸ ਨੂੰ ਕਾਇਮ ਹੀ ਨਹੀਂ ਕਰਨਾ ਹੋਰ ਅੱਗੇ ਵਧਾਉਣਾ ਹੈ ਸਰਕਾਰ ਫੁੱਟ ਪਾਉਣਾ ਚਾਹੁੰਦੀ ਹੈ ਹਿੰਦੂ ਸਿੱਖ ਦੇ ਨਾਂ ਤੇ ਪਾਕਿਸਤਾਨੀ ਕਹਿ ਕੇ ਫਾਤਵਾਦੀ ਕਹਿ ਕੇ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਉਹਨੇ ਜਿੰਨੇ ਮਰਜ਼ੀ ਹਰਵੇ ਚੱਲ ਰਵੇ ਬਦਲ ਲੈ ਹਾਕਮਾਂ ਨੇ ਤੁਸੀਂ ਉਹਨਾਂ ਦੇ ਉਹ ਸ਼ਬਦਾਂ ਤੋਂ ਇੰਨਾ ਭਰੇ ਗਏ ਤੁਸੀਂ ਕਹਿੰਦੇ ਜੋ ਮਰਜ਼ੀ ਕਹੇ ਇਹ ਕੰਦਨ ਸੁਣਿਆ ਇਧਰੋਂ ਕੱਢਤਾ ਫਿਰ ਤੇ ਕੋਈ ਅਸਰ ਨਹੀਂ ਹੋਇਆ ਔਰ ਇਹੋ ਵਜ੍ਹਾ ਹੈ ਵੀ ਇਹ ਅੰਦੋਲਨ ਅੱਗੇ ਵਧਦਾ ਚੱਲ ਗਿਆ ਤੋਂ ਮੇਰੀ ਤੁਹਾਨੂੰ ਸਾਰਿਆਂ ਨੂੰ ਪੁਰਜ਼ੋਰ ਬੇਨਤੀ ਔਰ ਅਪੀਲ ਹੈ ਆਪਣੇ ਆਪ ਤੇ ਸੈਲਫ ਡਿਸਪੀਸਪਲਨ ਲਾਗੂ ਕਰੋ ਆਪੋ ਆਪਣੀਆਂ ਟਰਾਲੀਆਂ ਤੇ ਨਿਗਾ ਰੱਖੋ ਰਾਤ ਨੂੰ ਪਹਿਰਾ ਦਿਓ ਹਰ ਜਥੇਬੰਦੀ ਦੇ ਵਰਕਰ ਸਾਰੇ ਵਲੰਟੀਅਰ ਬਣਨ ਅਰ 26 ਤਰੀਕ ਨੂੰ ਸਾਨੂੰ ਕਈ ਹਜ਼ਾਰ ਵਲੰਟੀਅਰਸ ਦੀ ਲੋੜ ਹੈ ਜਿਹੜੇ 26 ਤਰੀਕ ਦੇ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਕੇ ਲੈ ਕੇ ਜਾਣਗੇ ਇਸ ਕਰਕੇ ਆਫਰ ਕਰੋ ਆਪੋ ਆਪਣੀ ਜਥੇਬੰਦੀ ਦੇ ਵਿੱਚ ਵੀ ਮੈਂ ਵਲੰਟੀਅਰ ਬਣਾਗਾ ਜਿਹੜੇ ਰਿਸਪੁਸਟ ਹੋਣ ਸਾਡੇ ਬੱਚੇ ਨੌਜਵਾਨ ਹੋਣ ਜਿਨ੍ਹਾਂ ਦੇ ਅੰਦਰ ਆਪਣੇ ਆਪ ਨੂੰ ਕਾਬੂ 'ਚ ਰੱਖਣ ਦੀ ਹੋਸ਼ ਹੋਵੇ ਆਪਣੀ ਹੋਸ਼ ਦੇ ਵਿੱਚ ਰਹਿ ਕੇ 26 ਤਰੀਕ ਦੇ ਪ੍ਰੋਗਰਾਮ ਨੂੰ ساری ਦੁਨੀਆ ਦੇਖੇਗੀ ساری ਦੁਨੀਆ ਵਿੱਚ ਮੋਦੀ ਨੂੰ ਕਿਸੇ ਨੂੰ ਮੂੰਹ ਦਿਖਾਉਣ ਵਾਲਾ ਨਹੀਂ ਛੱਡਾਂਗੇ ਪਰ ਤੁਹਾਡਾ ਡਿਸਪਲਨ ਬਹੁਤ ਜ਼ਰੂਰੀ ਹੈ ਤੁਹਾਡੇ ਵੀ ਤੁਹਾਡੀ ਸਾਡੀ ਜਿਹੜੀ ਫੌਜ ਹੋਏਗੀ ਵਲੰਟੀਅਰਸ ਦੀ ਉਹ 26 ਦੇ ਅੰਦੋਲਨ ਦੀ ਸਫਲਤਾ ਦਾ ਧੁਰਾ ਹੋਏਗੀ ਤੁਸੀਂ ਟਰੈਕਟਰ ਮਾਰਚ ਕੀਤਾ ਸਾਰੇ ਇਹ ਹਵਾ ਗਈ ਹੈ ਕੋਈ ਵੈਲਡਿਸਿਪਲਨਟ ਸੀ ਬਹੁਤ ਹੀ ਵਧੀਆ ਡਿਸਿਪਲਨ ਵਿੱਚ ਤੁਸੀਂ ਸਾਰਾ ਮਾਰਚ ਕੀਤਾ ਇਹ 26 ਤਰੀਕ ਦਾ ਵੱਡਾ ਪ੍ਰੋਗਰਾਮ ਹੈ ਇਸ ਲਈ ਤੁਹਾਡੇ ਤੇ ਹੋਰ ਵੱਡੀ ਜ਼ਿੰਮੇਵਾਰੀ ਹੈ ਇੱਕ ਗੱਲ ਇੱਕ ਮੈਂ ਹੋਰ ਬੇਨਤੀ ਕਰਾਂਗਾ ਸਾਡੀ ਹੈ ਤਾਂ ਮੈਨੂੰ ਅੱਜ ਇੱਕ ਡਾਕਟਰ ਨੇ ਇੱਕ ਮੈਸੇਜ ਭੇਜਿਆ ਮੈਨੂੰ ਕਹਿੰਦਾ ਰਾਜੇਵਾਲ ਸਾਹਿਬ ਮੈਸੇਜ ਵੀ ਮੈਂ ਡਾਕਟਰਾਂ ਮੈਂ ਡਾਕਟਰਾਂ ਵਾਲੀ ਉਹ ਗੱਲ ਕਰਨੀ ਹੈ ਸਾਡੇ ਲੰਗਰਾਂ 'ਚ ਸਾਡੀ ਰਵਾਇਤ ਹੈ ਕਿਸੇ ਚੀਜ਼ ਦੀ ਕਮੀ ਨਹੀਂ ਇੱਥੇ ਬੈਠੇ ਇੱਥੇ ਵੀ ਤੁਹਾਡੇ ਵਿੱਚ ਵੀ ਬਦਾਮ ਵੰਡੀ ਜਾਂਦਾ ਕੋਈ ਕੋਈ ਕਾਜੂ ਵੰਡੀ ਜਾਂਦਾ ਕੋਈ ਖੀਰ ਬਣਾਉਂਦਾ ਕੋਈ ਪ੍ਰਸ਼ਾਦ ਬਣਾਉਂਦਾ ਕੋਈ ਕੁਝ ਬਣਾਉਂਦਾ ਉਹ ਮੈਨੂੰ ਕਹਿੰਦਾ ਵੀ ਜਿੰਨੀਆਂ ਤੁਸੀਂ ਪਿੰਨੀਆਂ ਖੁਆਈ ਜਾਂਦੇ ਹੋ ਤੁਸੀਂ ਹਾਰਟ ਪੇਸ਼ੈਂਟਾਂ ਦੀ ਗਿਣਤੀ ਵਧਾਈ ਜਾਂਦੇ ਹੋ ਕੋਈ 15 ਕੁਇੰਟਲ ਪਿੰਨੀਆਂ ਬਣਾ ਕੇ ਲਿਆਇਆ ਕੋਈ 25 ਕੁਇੰਟਲ ਪਿੰਨੀਆਂ ਬਣਾ ਕੇ ਲਿਆਇਆ ਅਸੀਂ ਤਾਂ ਬੜੇ ਚਾਹ ਨਾਲ ਕਹਿੰਦੇ ਆ ਵੀ ਪਿੰਨੀਆਂ ਖਵਾਓ ਖਾਈ ਵੀ ਜਾਂਦੇ ਨੇ ਤੇ ਪਰੌਂਠੇ ਸਵੇਰੇ ਹੀ ਬਣਨੇ ਸ਼ੁਰੂ ਹੋ ਜਾਂਦੇ ਨੇ ਕੋਈ ਪਰੌਂਠੇ ਕਹੇ ਜੇ ਕੋਈ ਕਹੋ ਜੇ ਅਲੱਗ-ਅਲੱਗ ਕਿਸਮ ਦੇ ਪਰੌਂਠੇ ਖਾਂਦੇ ਆ ਤੇ ਉਹਦੇ ਨਾਲ ਹਾਰਟ ਦੀਆਂ ਬਿਮਾਰੀਆਂ ਦਾ ਇਹ ਵੀ ਪ੍ਰਕੋਪ ਹੋ ਰਿਹਾ ਆਪਣ ਆਪਣੀ ਸਿਹਤ ਦਾ ਧਿਆਨ ਰੱਖੋ ਮੇਰਾ ਕਹਿਣ ਦਾ ਮਤਲਬ ਹੈ ਖਾਣਾ ਪੀਣਾ ਜ਼ਰੂਰੀ ਹੈ ਆਪਣੀ ਸਿਹਤ ਦਾ ਧਿਆਨ ਰੱਖੋ ਲੰਗਰ ਦੀ ਮਰਿਆਦਾ ਵੀ ਬਹੁਤ ਜ਼ਰੂਰੀ ਹੈ ਉਹਦਾ ਵੀ ਧਿਆਨ ਰੱਖੋ ਕਿ ਇਹ ਨਾ ਹੋਏ ਕਿ ਉਹ ਜਿਹੜੀ ਮੈਨੂੰ ਡਾਕਟਰ ਨੇ ਵਾਰਨਿੰਗ ਦਿੱਤੀ ਉਹਦਾ ਕੋਈ ਅਸਰ ਹੋਵੇ ਵਾਹਿਗੁਰੂ ਮਿਹਰ ਕਰੇ ਉਹ ਸਾਡੇ ਤੇ ਨਾ ਹੋਵੇ ਤੋਂ ਮੈਂ ਤੁਹਾਨੂੰ ਸਾਰਿਆਂ ਨੂੰ ਫੇਰ ਇੱਕ ਵਾਰੀ ਅਪੀਲ ਕਰਕੇ ਕਿ 26 ਦਾ 26 ਜਨਵਰੀ ਦਾ ਪ੍ਰੋਗਰਾਮ ਸਾਡੇ ਸਾਰਿਆਂ ਲਈ ਸਾਰੇ ਕਿਸਾਨਾਂ ਲਈ ਸਾਰੇ ਦੇਸ਼ ਦੇ ਕਿਸਾਨਾਂ ਲਈ ਇੱਕ ਚੈਲੰਜ ਹੈ ਇਹਨੂੰ ਚੈਲੰਜ ਦੇ ਤੌਰ ਤੇ ਕਬੂਲੋਗੇ ਸਾਡੀਆਂ ਪੈਣਾ ਸਾਡੀਆਂ ਬੀਬੀਆਂ ਸਾਡੀਆਂ ਬੇਟੀਆਂ ਬੈਠੀਆਂ ਨੇ ਉਹਨਾਂ ਨੂੰ ਅੱਜ ਸਮਾਂ ਆ ਗਿਆ ਇਹ ਸਾਬਤ ਕਰਨ ਦਾ ਵੀ ਤੁਸੀਂ ਮਾਈ ਭਾਗੋ ਸਾਡਾ ਸਾਡਾ ਇਤਿਹਾਸ ਹੈ ਸਾਡੇ ਇਤਿਹਾਸ ਵਿੱਚ ਕੁਰਬਾਨੀਆਂ ਨਾਲ ਸਾਡਾ ਇਤਿਹਾਸ ਭਰਿਆ ਪਿਆ ਹੈ ਸਾਡਾ ਇਤਿਹਾਸ ਸਾਨੂੰ ਰਸਤਾ ਦਿਖਾਉਂਦਾ ਹੈ ਸਾਡਾ ਇਤਿਹਾਸ ਸਾਨੂੰ ਸਭ ਕੁਝ ਸਿਖਾਉਂਦਾ ਹੈ ਸਾਡੇ ਇਤਿਹਾਸ ਵਿੱਚ ਇੰਨਾ ਕੁਝ ਹੈ ਬੜਾ ਕੁਝ ਸਿੱਖਿਆ ਜਾ ਸਕਦਾ ਹੈ ਬੜਾ ਕੁਝ ਦੇਸ਼ ਲਈ ਕੌਮ ਲਈ ਪ੍ਰਕੁਰਬਾਨ ਕੀਤਾ ਜਾ ਸਕਦਾ ਹੈ ਇਸੇ ਲਈ ਮੈਂ ਬੇਨਤੀ ਕੀਤੀ ਹੈ ਸਾਡੀਆਂ ਭੈਣਾਂ ਇਹ ਸੰਕਲਪ ਲੈਣ ਕਿ 26 ਜਨਵਰੀ ਨੂੰ ਸਾਰੇ ਪੰਜਾਬ ਦੀਆਂ ਹਰਿਆਣੇ ਦੀਆਂ ਸਾਰੇ ਦੇਸ਼ ਦੀਆਂ ਬੀਬੀਆਂ ਮਲਕ ਭਾਗੋ ਦਾ ਰੋਲ ਅਦਾ ਕਰਨ ਇੰਨਾ ਕਹਿੰਦਾ ਤੁਹਾਡੇ ਸਾਰਿਆਂ ਕੋਲ ਖਿਮਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ